जेडे साडे पहले पापा से जी वो साडे मर गए जी। ठीक है, फिर ये अंकल से साडे ये साडे घर आंदे सी, करी कहंदे सी मैं सानू घर तो आवांगा पार जावांगा जी। ठीक है जी, सानू जुठे ला रहे, लाई गए लाई गए लाई गए, 13 साल हो गए जी। सानू मारा ते इनारे नाल रहंदी सुखदीप सिंह दे नाल अपना किराए ते रहंदी सी जी। 1 साल मेरा पहले हाथ तोड़ा इन्होंने 10 मार्च में, तो थोड़े दिनों बाद मेरे सिर पे मारे तो चीत टांग के आए सी। हालत खराब है मम्मी जी बहुत, बस सानू साफ चाहिए ना, साड़ी सुनवाई हो रही थाने विच, 3 महीने हो गए थाने बुलाई जा रहे हैं, सानू कुछ नहीं। एक बब्बू है जी, वो करी मम्मी नू गाला करदा जी। पूजा वाइफ ऑफ दीपक लाल कल हॉस्पिटल से एडमिट हुई सी, इस पता लग गया सी उन्हें कोई पॉइजनस चीज़ लगी है। की नाम है थोड़ा? अनुराग जी। ते जिन्होंने जहर कर दी है की लगदे ने थोड़े? मम्मा जी। कारण की सीगा, क्यों खाई गई है जहर? जी जेडे साडे पहले पापा से जी वो साडे मर गए जी। ठीक है, फिर ये अंकल से साडे ये साडे घर आंदे सी, इन्हां नाल दीपक लाड़ा जी। ठीक है जी, करी कहंदे सी मैं सानू घर तो आवांगा पार जावांगा जी। ठीक है जी, सानू जुठे ला रहे, लाई गए 13 साल हो गए जी। ठीक है जी, 13 साल हो गए, फिर जुठे ला रहे ला के जी। एक बार साडा रिश कलोनी जाते सी। ठीक है जी, फिर चल गए सी। ਕਿੰਨਾ ਸਮਾਂ ਹੋ ਚੁੱਕਿਆ ਜਿਹੜਾ ਉਹ ਸ਼ਖਸ ਜਿਹਦਾ ਨਾਮ ਦਿੱਤਾ ਤੁਸੀਂ ਦੀਪਕ ਲਾੜ, ਉਹ ਆਉਂਦਾ ਤੁਹਾਡੇ ਘਰ? 13 ਸਾਲ ਹੋ ਗਏ ਜੀ। 13 ਸਾਲ ਹੋ ਚੁੱਕੇ? ਹਾਂਜੀ। ਕੀ ਵਿਆਹ ਵੀ ਕਰਵਾਇਆ ਸੀ ਉਹਨਾਂ ਨੇ? ਨਾ ਜੀ। ਮਤਲਬ ਬਿਨਾਂ ਵਿਆਹ ਤੋਂ ਰਹਿੰਦੇ ਆ ਰਹੇ ਸੀਗੇ? ਹਾਂਜੀ। ਕਹਿੰਦੇ ਕੀ ਸੀਗੇ? ਕੀ ਕਹਿੰਦੇ ਸੀਗੇ ਕਿ ਬਾਹਰ ਲੈ ਕੇ ਜਾਵਾਂਗਾ ਜਾਂ ਵਿਆਹ ਕਰਵਾਵਾਂਗਾ ਜਾਂ ਤੁਹਾਨੂੰ ਇੱਥੇ ਘੁਮਾਵਾਂਗਾ, ਕੀ ਕਹਿੰਦੇ ਕੀ ਸੀਗੇ? ਕਹਿੰਦੇ ਮੈਂ ਭਾਰ ਲੈ ਕੇ ਜਾਵਾਂਗੇ ਤੁਸੀਂ ਨੂੰ ਮੈਂ ਘਰ ਦਵਾਵਾਂਗਾ ਉਹ ਮੈਂ ਤੁਹਾਡੇ ਨਾਲ ਰਹਿਵਾਂਗਾ। ਅੱਛਾ, ਮਤਲਬ ਇਹ ਕਹਿੰਦੇ ਸੀਗੇ ਕਿ ਬਾਹਰ ਲੈ ਕੇ ਜਾਵਾਂਗਾ? ਹਾਂਜੀ। ਸਮਾਂ 13 ਸਾਲ ਹੋ ਚੁੱਕੇ ਨੇ? ਹਾਂਜੀ। ਤੇ ਅੱਜ ਜਦੋਂ ਜ਼ਹਿਰ ਖਾਧੀ ਤੁਹਾਡੀ ਮੰਮੀ ਨੇ, ਹਾਂਜੀ, ਉਸ ਸਮੇਂ ਤੁਸੀਂ ਘਰੇ ਹੈਗੇ ਸੀਗੇ? ਨਾ ਜੀ। ਕਿੱਥੇ ਸੀਗੇ? ਮੈਂ ਰੋਟੀ ਲੈਣ ਗਿਆ ਸੀ। ਪਰਿਵਾਰ ਦੇ ਵਿੱਚੋਂ ਕੌਣ ਹੈ ਹੋਰ? ਬਸ ਮੇਰਾ ਭਾਈ ਹੈ ਜੀ। ਵੱਡਾ ਕਿ ਛੋਟਾ? ਵੱਡਾ ਜੀ। ਤੁਸੀਂ ਕੀ ਕਰਦੇ ਹੋ? ਮੈਂ ਹੀ ਪੜ੍ਹਦਾ ਜੀ। ਕਿਹੜੀ ਕਲਾਸ 'ਚ? 5th। ਤੇ ਹੁਣ ਹਾਲਤ ਕਿਸ ਤਰ੍ਹਾਂ ਦੀ ਹੈ ਮੰਮੀ ਦੀ ਤੁਹਾਡੀ? ਹਾਲਤ ਖਰਾਬ ਹੈ ਜੀ ਮੰਮੀ ਦੀ ਬਹੁਤ ਹੈ, ਬਸ ਸਾਨੂੰ ਇਹ ਸਾਫ ਚਾਹੀਦਾ ਜੀ। ਨਾ ਸਾਡੀ ਸੁਣਵਾਈ ਹੋ ਰਹੀ ਥਾਣੇ ਵਿੱਚ, 3 ਮਹੀਨੇ ਹੋ ਗਏ ਥਾਣੇ ਬੁਲਾਈ ਜਾ ਰਹੇ ਹਾਂ, ਸਾਨੂੰ ਕੁਛ ਨਹੀਂ। ਇੱਕ ਬੱਬੂ ਹੈ ਜੀ, ਉਹ ਕਦੀ ਮੰਮੀ ਨੂੰ ਗਾਲਾਂ ਕੱਢਦਾ ਜੀ। ਠੀਕ ਹੈ ਜੀ, ਉਹ ਹੈ ਜੀ। ਅੱਜ ਜ਼ਹਿਰ ਖਾਣ ਦਾ ਕਾਰਨ ਕੀ ਸਮਝਦੇ ਹੋ ਕਿ ਜਿਹੜੀ ਮੰਮੀ ਨੇ ਜ਼ਹਿਰ ਖਾਧੀ ਹੈ? ਹਾਂਜੀ। ਕਿ ਉਸੇ ਕਾਰਨ ਕਰਕੇ ਖਾਧੀ ਹੈ ਕਿ ਉਹ ਝਾਸਾ ਦਿੰਦਾ ਸੀਗਾ ਸਾਡਾ? ਹਾਂਜੀ, ਬਾਹਰ ਲਿਜਾਣ ਦਾ ਜਾਂ ਕੋਈ ਹੋਰ ਕਾਰਨ ਸੀਗਾ? ਆਹੀ ਕਾਰਨ ਸੀ ਜੀ। ਇਹੀ ਕਾਰਨ? ਹਾਂਜੀ। ਤੇ ਹੁਣ ਕੀ ਮੰਗ ਕਰੋਗੇ ਪ੍ਰਸ਼ਾਸਨ ਤੇ ਸਰਕਾਰ ਤੋਂ? ਸਾਨੂੰ ਬਸ ਸਾਫ ਚਾਹੀਦਾ ਜੀ, ਇਨਸਾਫ ਚਾਹੀਦਾ। ਹਾਂ, ਮੇਰੀ ਮੰਮੀ ਨੂੰ ਮੈਨੂੰ ਜੀ ਅਜੇ ਸਜ਼ਾ ਹੋਵੇ ਜੀ। ਠੀਕ ਹੈ ਜੀ, ਸਾਡੇ ਨਾਲ ਰਹਿ ਵੀ ਇਹ ਸਜ਼ਾ ਹੋਵੇ। ਹਾਂਜੀ ਹਾਂਜੀ। ਕੀ ਨਾਮ ਸਰ? ਮੈਨੂੰ ਪੂਜਾ। ਕੀ ਕਾਰਨ ਲਈ ਜਾ ਰਹੇ ਹੋ? ਸਰ ਮੈਂ ਸਨ 12 ਸੀ, ਇਹਨਾਂ ਦੇ ਨਾਲ ਰਹਿ ਰਹੀ ਸੀ ਸੁਖਦੀਪ ਸਿੰਘ ਦੇ ਨਾਲ, ਆਪਣਾ ਕਿਰਾਏ 'ਤੇ ਰਹਿੰਦੀ ਸੀ ਜੀ 1 ਸਾਲ। ਜਦੋਂ ਜੀ ਮੈਨੂੰ ਲੈ ਕੇ ਆਏ ਨੇ ਇਹਨਾਂ ਦੇ ਵੀ ਮੰਦਰ ਮੱਥਾ ਟਿਕਵਾ ਕੇ ਲੈ ਕੇ ਆਏ ਸੀ ਆਪਣੇ ਘਰ ਦੇ ਵਿੱਚ। 1 ਸਾਲ ਇਹਨਾਂ ਦੇ ਘਰ ਰਹੀ ਮੈਂ ਸ਼ੇਰਾ ਪੰਜਾਬ ਮਾਰਕੀਟ। ਉਹਦੇ ਬਾਅਦ ਜੀ ਇਹਨਾਂ ਦੇ ਘਰਦਿਆਂ ਨੇ ਬੇਦਖਲ ਕਰਕੇ ਘਰ ਨਿਕਾਲਤਾ। 12 ਸਾਲ ਹੋ ਗਏ ਸਰ ਮੈਨੂੰ ਬਾਹਰ ਰਹਿੰਦੇ ਹੋਏ, ਕਿਰਾਏ 'ਤੇ ਹੀ, ਕਦੀ ਕੋੜੀ ਕਦੀ ਕਿਸੇ ਜਗ੍ਹਾ ਕਦੀ ਕਿਸੇ ਜਗ੍ਹਾ। ਹੁਣ 28 ਫਰਵਰੀ ਸੀ ਮਾਰ ਕੁਟਾਈ, ਮੇਰਾ ਪਹਿਲੇ ਹੱਥ ਤੋੜਾ ਇਹਨਾਂ ਨੇ 10 ਮਾਰਚ ਨੂੰ, ਅਤੇ ਥੋੜ੍ਹੇ ਦਿਨਾਂ ਬਾਅਦ ਮੇਰੇ ਸਿਰ 'ਤੇ ਮਾਰੇ ਕੋਈ ਚੀਜ਼ ਟਾਂਗ ਕੇ ਆਏ ਸਰ। ਸਰ ਕਹਿੰਦੇ ਇਹਦੇ ਘਰਦੇ ਕਹਿੰਦੇ ਆ ਤੇਰੀ ਦੂਜੀ ਮੈਰਿਜ ਕਰਾਵਾਂਗੇ, ਤੂੰ ਇਹਨੂੰ ਛੱਡ ਦੇ। ਕੀ ਨਾਮ ਹੈ? ਸੁਖਦੀਪ ਸਿੰਘ। ਕਿੰਨੇ ਸਾਲ ਤੋਂ ਤੁਸੀਂ ਰਹਿ ਰਹੇ ਹੋ? ਸਰ ਮੈਨੂੰ 12 ਸਾਲ ਹੋ ਗਏ, 13 ਸਾਲ ਲੱਗ ਗਿਆ। ਕਿਹੜੀ ਜਗ੍ਹਾ ਰਹਿ ਰਹੇ ਹੋ? ਸਰ ਹੁਣ ਤਾਂ ਮੈਂ ਹੀਰਾ ਬਾਗ ਰਹਿ ਰਹੀ ਹਾਂ, ਪਹਿਲੇ ਬਿਸ਼ਨ ਨਗਰ ਰਹਿ ਰਹੀ ਸੀ। ਸਰ ਬਸ ਮੰਗ ਇਹ ਕਰਦਾ ਜੀ, ਉਹ ਕਹਿੰਦਾ ਮੈਨੇ ਦੂਜੀ ਮੈਰਿਜ ਕਰਾਉਣੀ ਹੈ, ਇਹਨੂੰ ਛੱਡ ਦਾਂਗਾ, ਮਾਰਦਾ ਬਹੁਤ ਹੈ। ਮੈਂ 4 ਮਹੀਨੇ ਹੋ ਗਏ ਮੈਨੂੰ ਐਪਲੀਕੇਸ਼ਨ DIG SSP ਸਭ ਨੂੰ ਦੇ ਚੁੱਕੀ ਹਾਂ, ਮੇਰਾ ਕੋਈ ਕਾਰਵਾਈ ਨਹੀਂ ਕੀ ਗਈ। ਕੱਲ੍ਹ ਮੈਨੂੰ ਥਾਣੇ ਬੁਲਾਇਆ ਗਿਆ, ਉੱਥੇ SHO ਸਾਹਿਬ ਨੇ ਤਾਂ ਮੇਰੀ ਹੱਕ ਦੀ ਗੱਲ ਕਰੀ ਸੀ, ਮਗਰ ਜਿਹੜਾ ਉੱਪਰ ਲੈ ਕੇ ਗਈ ਹਾਂ ਉੱਥੇ ਮੈਨੂੰ ਗਲਤ ਕਮੈਂਟ ਕਰਨ ਲੱਗੇ।
ਬਹੁਤ ਜ਼ਿਆਦਾ ਗਲਤ ਬੋਲਣ ਲੱਗਿਆ ਮੈਨੂੰ ਵਾਰਿਸ਼ ਚਾਹੀਦਾ ਮੈਨੂੰ ਇਹ ਹੈ ਮੈਨੂੰ ਵੋ ਹੈ ਮੈਂ ਤੈਨੂੰ ਚੋਰੀ ਰੱਖਾਂਗਾ ਇਹ ਕਰਾਂਗਾ ਵੋ ਕਰਾਂਗਾ ਸਰ ਬਹੁਤ ਗਲਤ ਬੋਲਿਆ ਮੇਰੇ ਨਾਲ ਮੈਂ ਸਰ ਮੈਂ ਇਹੀ ਮੰਗ ਰਹੀ ਹਾਂ ਕਿ ਕਾਨੂੰਨ ਕਾਰਵਾਈ ਕੀ ਜਾਏ ਇਹਦੇ ਕਰ ਸਕੇ ਸਰ ਜੀ ਬਹੁਤ ਜ਼ਿਆਦਾ ਦੁਖੀ ਕੀਤਾ ਵਾ ਸਰ ਮੈਨੂੰ ਮੈਂ ਰੋਟੀ 'ਚ ਵੀ ਮੁਥਾਜ ਆ ਇਸ ਟਾਈਮ ਸਰ ਮੈਂ ਨਾ ਕੋਈ ਪੈਸਾ ਹੈ ਮੇਰੇ ਕੋਲ ਇਸ ਟਾਈਮ ਨਾ ਕੁਛ ਹੈ ਮੈਂ ਬਹੁਤ ਦੁਖੀ ਕਰਕੇ ਰੱਖਿਆ ਵਾ ਮੇਰੀ ਕਾਰਵਾਈ ਸਖ਼ਤ ਸੇ ਸਖ਼ਤ ਕਰੀ ਜਾਏ ਸਰ ਜੀ ਸਰ ਕੱਲ੍ਹ ਇੱਕ ਪੂਜਾ ਨਾਮ ਦੀ ਲੇਡੀਜ਼ ਦਾ ਮਾਮਲਾ ਆਇਆ ਜਿਹਨੇ ਜ਼ਹਿਰ ਖਾਧੀ ਹੈ ਉਸ ਬਾਰੇ ਕੀ ਪੁਲਿਸ ਕੀ ਕਾਰਵਾਈ ਕਰੀ ਹੈ ਪੂਜਾ ਵਾਈਫ ਆਫ ਦੀਪਕ ਲਾਲ ਕੱਲ੍ਹ ਹੋਸਪਿਟਲ 'ਚ ਐਡਮਿਟ ਹੋਈ ਸੀ ਇਸ 'ਚ ਪਤਾ ਲੱਗਿਆ ਸੀ ਉਹਨੇ ਕੋਈ ਪੋਇਨਸ ਚੀਜ਼ ਲਈ ਹੈ ਅਤੇ ਜਿਸ 'ਚ ਸਾਡੇ ਅੱਜ ਡਿਊਟੀ ਅਫਸਰ ਮਿਸਟਰ ਜਸਵਿੰਦਰ ਸਿੰਘ ਗਏ ਸੀਗੇ ਬਟ ਡਾਕਟਰਸ ਨੇ ਉਹਨਾਂ ਨੂੰ ਅਨਫਿਟ ਕਰਾਰ ਦਿੱਤਾ ਹਰੇ ਜਦੋਂ ਉਹਨਾਂ ਦੀ ਫਿਟਨੈਸ ਹੋਊਗੀ ਐਜ਼ ਪਰ ਜੋ ਉਹਨਾਂ ਦੀ ਸਟੇਟਮੈਂਟ ਹੋਊਗੀ ਉਹਦੇ ਮੁਤਾਬਿਕ ਪੁਲਿਸ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਕਰ ਭਲਾ ਹੋ ਭਲਾ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਬਾਬਾ ਸਲੀਮ ਖਾਨ ਸੰਪਰਕ ਕਰੋ 9878660078 ਗੈਟ ਐਕਸ ਲਵ ਬੈਕ ਇਨ ਯੋਰ ਲਾਈਫ ਪਰੇਸ਼ਾਨੀ ਜਿਵੇਂ ਲਵ ਮੈਰਿਜ ਲਈ ਮਾਤਾ ਪਿਤਾ ਨੂੰ ਮਨਾਉਣਾ ਪ੍ਰੇਮੀ ਪ੍ਰੇਮਿਕਾ 'ਚ ਝਗੜਾ ਤਲਾਕ ਕੇਸ ਸੌਤਨ ਦੁਸ਼ਮਣ ਤੋਂ ਛੁਟਕਾਰਾ ਜ਼ਮੀਨੀ ਝਗੜਾ ਵਿਦੇਸ਼ 'ਚ ਪੱਕਾ ਹੋਣਾ ਔਲਾਦ ਸੁੱਖ ਨੌਕਰੀ ਕਾਰੋਬਾਰ 'ਚ ਰੁਕਾਵਟ ਕਰਜ਼ਾ ਮੁਕਤੀ ਮੋਹਣੀ ਵਸ਼ੀਕਰਨ ਕਰਵਾਓ ਮਨਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਂ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਨਹੀਂ ਡੁੱਟਣ ਦੇਵਾਂਗਾ ਬਾਬਾ ਸਲੀਮ ਖਾਨ 9878660078